ਇਸ ਪਰਿਵਾਰ ਦੇ ਨਾਲ ਉਸ ਵੇਲੇ ਭਾਣਾ ਵਾਪਰ ਗਿਆ ਜਦੋਂ ਇਹਨਾਂ ਉੱਤੇ ਘਰ ਦੀ ਛੱਤ ਹੀ ਡਿੱਗ ਗਈ। ਇਹ ਪਰਿਵਾਰ ਵਿਹੜੇ ਦੇ ਵਿੱਚ ਸੁੱਤਾ ਪਿਆ ਸੀ ਕਿ ਅਚਾਨਕ ਰਾਤ ਨੂੰ ਠੰਡ ਲੱਗੀ ਤਾਂ ਉੱਠ ਕੇ ਸਾਰਾ ਪਰਿਵਾਰ ਘਰ ਦੇ ਅੰਦਰ ਚਲਾ ਗਿਆ ਤੇ ਜਿਵੇਂ ਹੀ ਇਹ ਕਮਰੇ ਦੇ ਅੰਦਰ ਸੋ ਰਹੇ ਸਨ ਤਾਂ ਅਚਾਨਕ ਘਰ ਦੀ ਛੱਤ ਡਿੱਗ ਗਈ ਤੇ ਪੂਰਾ ਪਰਿਵਾਰ ਮਲਬੇ ਦੇ ਹੇਠ ਦੱਬ ਗਿਆ। ਇਸ ਹਾਦਸੇ ਦੇ ਦੌਰਾਨ ਪਤੀ ਪਤਨੀ ਤੇ ਉਹਨਾਂ ਦੇ ਤਿੰਨੇ ਬੱਚੇ ਮਲਬੇ ਹੇਠ ਦੱਬ ਗਏ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਚੀਕ ਚਿਹਾੜਾ ਮਚ ਗਿਆ ਤੇ ਗਵਾਂਢੀਆਂ ਦੀ ਮਦਦ ਦੇ ਨਾਲ ਇਸ ਪਰਿਵਾਰ ਨੂੰ ਮਲਬੇ ਦੇ ਹੇਠੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਦੇ ਦੌਰਾਨ ਮਹਿਲਾ ਨੂੰ ਕਾਫੀ ਸੱਟਾਂ ਲੱਗੀਆਂ, ਜਿਸ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਤੋਂ ਇਲਾਵਾ ਪੂਰੇ ਪਰਿਵਾਰ ਨੂੰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਉੱਥੇ ਹੀ ਮਹਿਲਾ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਫਰੀਦਕੋਟ ਦੇ ਨਜ਼ਦੀਕੀ ਪਿੰਡ ਕਮਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਇਸ ਪਰਿਵਾਰ ਤੇ ਘਰ ਦੀ ਛੱਤ ਡਿੱਗ ਗਈ। ਇਸ ਤੋਂ ਇਲਾਵਾ ਇਸ ਹਾਦਸੇ ਦੇ ਦੌਰਾਨ ਪਰਿਵਾਰ ਦਾ ਸਾਰਾ ਸਮਾਨ ਵੀ ਮਲਬੇ ਹੇਠ ਦੱਬ ਗਿਆ। ਇਹ ਜਦੋਂ ਇਹਨਾਂ ਦਾ ਮਕਾਨ ਡਿੱਗਿਆ ਜੀ, ਨਾਲ ਹੀ ਮੇਰਾ ਮਕਾਨ ਇਹਨਾਂ ਦੇ ਥੋੜੀ ਪਿੱਛੇ ਆ, ਐਵੇਂ 50 ਫੁੱਟ ਤੋਂ ਹੀ ਆ। ਜਦੋਂ ਇਹਨਾਂ ਦਾ ਰੋਸ਼ਨੀ ਖਿੱਚਣਾ ਹੋਇਆ ਤੇ ਮੇਰੇ ਘਰ ਵਾਲੀ ਵੀ ਆਉਂਦੀ, ਪਤਾ ਨਹੀਂ ਇੱਧਰ ਪਟਾਕੇ ਜੇ ਕੀ ਖੜਕੇ ਜੇ ਹੋਈ ਜਾਂਦੇ, ਆਪਾਂ ਲਈਏ ਪਤਾ ਜੇ ਅਸੀਂ ਗਾਂਹ ਗਏ ਤੇ ਇਹ ਚੀਕ ਝਿੰਗੜਾ ਮਾਰੀ ਜਾਣ। ਮੈਂ ਮੇਰੇ ਆਂਢ ਗੁਆਂਢ ਨੂੰ ਆਵਾਜ਼ ਮਾਰੀ, ਮੁੰਡੇ ਮੈਂ ਤਕੜੇ ਆ ਤੁਸੀਂ ਯਾਰ, ਮੈਂ ਤਾਂ ਬੁੜਾ ਬੰਦਾ, ਮੇਰੇ ਤੋਂ ਨਹੀਂ ਨਿਕਲਣੇ, ਗਾਡਰ ਨਹੀਂ ਚੱਕੇ ਜਾਣੇ, ਇੱਟਾਂ ਨਹੀਂ ਚੱਕੀਆਂ ਜਾਣੀਆਂ। ਉਹ ਮੁੰਡੇ ਤਕੜੇ ਸੀਗੇ, ਉਹਨਾਂ ਨੇ ਬਗਲੋਂ ਫੜ ਇਹਨਾਂ ਨੂੰ ਕੱਢਿਆ। ਕੱਢਣ ਤੋਂ ਬਾਅਦ ਅਸੀਂ ਸਰਕਾਰੀ ਗੱਡੀ ਮੰਗੀ, ਗੱਡੀ ਸਾਡੇ ਕੋਲ ਚਾਲਦੀ ਆ, ਉਸ ਤੋਂ ਬਾਅਦ ਅਸੀਂ ਦਾਖਲ ਕਰਾਏ ਆ। ਅਜੇ ਤੱਕ ਇਹਨਾਂ ਦਾ ਕੋਈ ਪੱਟੀ ਫੰਬਾ ਨਹੀਂ ਕੀਤਾ ਗਿਆ, ਉਵੇਂ ਦੀ ਉਵੇਂ ਸੈਂਕਲੀ ਆ। ਇਹ 2:30 ਦਾ ਟਾਈਮ ਆ ਜੀ, ਇੱਥੇ ਜੋ ਦਾਖਲ ਕਰਾਏ ਆ 4:30 ਦਾ ਟਾਈਮ, 4:30 ਦਾ ਟਾਈਮ ਆ ਜੀ ਦਾਖਲ ਕਰਾਏ ਆ। ਅਜੇ ਕੋਈ ਇਹਨਾਂ ਦੇ ਕੋਈ ਨਹੀਂ ਚੱਲ ਰਿਹਾ ਇਲਾਜ, ਇਹਨਾਂ ਦਾ ਕੋਈ ਪੱਟੀ ਨਹੀਂ, ਕੋਈ ਫੰਬਾ ਨਹੀਂ। ਹਾਲਾਤ ਕਿਵੇਂ ਇਹਨਾਂ ਦੇ? ਹਾਂਜੀ, ਸਿਹਤ ਪੱਤੀ ਹਾਲਾਤ ਕਿਵੇਂ? ਹਾਲਾਤ ਆ, ਗਰੀਬੀ ਆ, ਦਿਹਾੜੀ ਧੱਪਾ ਕਰਦੇ ਆ ਵਿਚਾਰੇ। ਨਾ ਜ਼ਿਆਦੇ ਘਰ ਵਾਲੀ ਆ, ਮੁੰਡਾ ਦੀ ਬੀਬੀ ਜਿਹੜੀ ਉਹ ਥੋੜਾ ਸੀਨੀਅਰ, ਉਹ ਉਹਨਾਂ ਨੇ ਇੱਕ ਲਾਤੀ ਇਹਨਾਂ ਦੇ। ਹੋਰ ਸਾਡਾ ਜੇ ਕੋਈ ਜਿਹੜੇ ਅਸੀਂ ਬਾਹਰੋਂ ਟੀਕੇ ਲੈਂਦੇ ਉਹ ਹੀ ਲਾਏ ਆ, ਜੇ ਕੋਈ ਅੰਦਰੋਂ ਸਾਨੂੰ ਕੁਛ ਨਹੀਂ ਸਹੂਲਤ ਹੋਈ। ਕੋਈ ਮਦਦ ਵਾਸਤੇ? ਮੈਂ ਆਪ ਸਾਬਕਾ ਪੰਚਾਇਤ ਮੈਂਬਰ ਆ, ਮੌਜੂਦਾ ਮੇਰੇ ਘਰ ਵਾਲੀ ਆ, ਹੁਣ ਤੱਕ 87 ਮੌਕੇ ਦਾ ਮੈਂ ਚੱਲ ਰਿਹਾ ਹੁਣ, ਪਰ ਸਾਨੂੰ ਮਦਦ ਕੋਈ ਨਹੀਂ ਮਿਲੀ। ਇਹ ਜੀ ਆਹ ਡਿੱਗੇ ਮਕਾਨ ਡਿੱਗਿਆ, ਕੌਣ ਲੈਂਦਾ ਸੀ? ਇੱਥੇ ਮੇਰੇ ਜਵਾਕ ਰਹਿੰਦੇ ਸੀ ਦੋ ਤਿੰਨ। ਅੱਛਾ ਜੀ, ਕਿਵੇਂ ਡਿੱਗਿਆ? ਕਿਵੇਂ ਇਹ ਜੀ ਪਤਾ ਨਹੀਂ ਲੱਗਿਆ ਕਿਵੇਂ ਡਿੱਗ ਪਈ ਛੱਤ। ਨਹੀਂ, ਰਾਤ ਕਿੰਨੇ ਵਜੇ ਫਿਰ ਡਿੱਗੀ? ਇਹ 3:30 ਵਜੇ ਜੀ। ਕੌਣ ਕੌਣ ਸੀਗੇ ਇੱਥੇ? ਇੱਥੇ ਮੇਰੇ 9 ਪੁੱਤ ਸੀਗੇ। ਉਹਨਾਂ ਵਿੱਚ ਕੌਣ ਕੌਣ ਸੀ? ਉੱਥੇ 3 ਤਾਂ ਮੇਰੇ ਪੋਤਰੇ, 1 ਮੇਰੀ ਨੂੰਹ, 1 ਮੇਰਾ ਮੁੰਡਾ। ਕਿਵੇਂ ਕਿਹੜੇ ਹਾਲਾਤਾਂ ਵਿੱਚ ਫਿਰ ਕੱਢਿਆ ਉਹਨਾਂ ਨੂੰ? ਉਹਨਾਂ ਨੂੰ ਮੈਂ ਜਦੋਂ ਡਿੱਗ ਪਈ ਅਤੇ ਉਹਨੂੰ ਮੈਂ ਭੱਜ ਕੇ ਜਾ ਕੇ ਬੂਟੀ ਨੂੰ ਖਿੱਚਿਆ ਜਾ ਕੇ, ਉਹਨੂੰ ਮੈਂ ਕੱਢ ਲਿਆ ਬਾਹਰ, ਫਿਰ ਮੁੰਡੇ ਨੂੰ ਕੱਢਿਆ, ਵੱਡੇ ਨੂੰ, ਫਿਰ ਜਵਾਕਾਂ ਨੂੰ ਆਂਢ ਗੁਆਂਢ ਉਠਾਇਆ, ਉਹਨਾਂ ਨੇ ਸਾਰਿਆਂ ਨੂੰ ਕੱਢਿਆ। ਕੀ 6 ਫਿੱਟ ਕੀ ਆਈ ਹੈ ਫਿਰ? ਉਹਦੇ ਮੁੰਡੇ ਇੱਥੇ 6 ਵਜੇ 'ਚ ਮੱਥੇ 'ਤੇ ਜੀ। ਕਿੰਨੇ ਜਣੇ ਜ਼ਖਮੀ ਹੋਏ ਉਹਦੇ 'ਚ? ਉਹ 3 ਜਣੇ ਜੀ ਹੁਣ, ਅਤੇ 3 ਹੀ ਹੈ। ਸਾਨੂੰ ਗਰੀਬ ਆਦਮੀ ਜਿਹੜਾ ਕੋਈ ਮਰਜ਼ੀ ਦੇ ਦੇਣਗੇ, ਅਸੀਂ ਮੱਬਾ ਲੈ ਕੀ ਹੋਇਆ? ਅਸੀਂ ਬਾਹਰ ਪਏ ਸੀਗੇ ਪਹਿਲਾਂ, ਅਤੇ ਅਸੀਂ ਆਖਿਆ ਮੈਂ ਠੰਡ ਲੱਗਦੀ ਅੰਦਰ ਜਾ ਉੜ ਗਏ, ਅਸੀਂ ਫਿਰ ਇੱਧਰੋਂ ਅੰਦਰ ਜਾ ਉੜ ਨੀਂਦ ਆ ਗਈ, ਇਹਦੇ ਬਾਅਦ ਛੱਤ ਡੈ ਪਈ ਸਾਡੇ 'ਤੇ।
ਛੱਤ ਹੀ ਪਤਾ ਨੀ ਕਿਵੇਂ ਸੁੱਤੇ ਪਿਆ ਕੀ ਪਤਾ ਲੱਗਦਾ ਜੀ ਪਤਾ ਲੱਗਾ ਰਾਤ ਹੈਗਾ ਜੀ ਮੇਰੇ ਹਿਸਾਬ ਨਾਲ 2:30 ਵਜੇ ਤੇ ਮੈਂ ਸਾਨੂੰ ਸੱਤੇ ਡਿੱਗੀ ਹੋਣੀ ਹੈ ਮੇਰੇ ਹਿਸਾਬ ਨਾਲ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਾਅਦ ਚ ਸੁੱਤੇ ਪਏ ਨੂੰ ਵੀ ਕਿਹੜੇ ਵੇਲੇ ਕੱਢ ਕੇ ਲਿਆ ਗਿਆ ਸਾਨੂੰ